ਸਤਿ ਸ੍ਰੀ ਅਕਾਲ ਜੀ। ਪੰਜਾਬੀ ਖਬਰਾਂ ਦੇ ਇਸ ਬੁਲੇਟਿਨ ਵਿੱਚ ਤੁਹਾਡਾ ਸਵਾਗਤ ਹੈ। ਮੈਂ ਹਰਪ੍ਰੀਤ ਸਿੰਘ ਗਿੱਲ। ਇੱਕ ਨਜ਼ਰ ਮਾਰਦੇ ਹਾਂ ਹੁਣ ਤੱਕ ਦੀਆਂ ਖਾਸ ਸੁਰਖੀਆਂ ਤੇ। ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਮੋਹਾਲੀ ਵਿੱਚ ਕੀਤਾ ਐਂਟੀ ਨਾਰਕੋਟਿਕ ਟਾਸਕ ਫੋਰਸ ਦੀ ਨਵੀਂ ਇਮਾਰਤ ਦਾ ਉਦਘਾਟਨ। ਕਿਹਾ, ਨਸ਼ਾ ਤਸਕਰਾਂ ਖਿਲਾਫ ਕੀਤੀ ਜਾਵੇਗੀ ਵੱਡੀ ਕਾਰਵਾਈ। ਆਮ ਆਦਮੀ ਪਾਰਟੀ ਦੇ ਵਿੱਚ ਸ਼ਾਮਲ ਹੋਏ ਡਿੰਪੀ ਢਿੱਲੋਂ ਮੁੱਖ ਮੰਤਰੀ ਭਗਵੰਤ ਮਾਨ ਨੇ ਕੀਤਾ ਸਵਾਗਤ। ਕਿਹਾ, ਵੱਡੀ ਜ਼ਿੰਮੇਵਾਰੀ ਲਈ ਤਿਆਰ ਰਹਿਣ ਡਿੰਪੀ ਢਿੱਲੋਂ। ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰਾਂ ਨੇ ਸਰਬਸੰਮਤੀ ਨਾਲ ਭੁਪਿੰਦਰ ਸਿੰਘ ਅਸੰਧ ਨੂੰ ਮੁੜ ਤੋਂ ਕਮੇਟੀ ਦਾ ਪ੍ਰਧਾਨ ਚੁਣਿਆ। ਭੁਪਿੰਦਰ ਸਿੰਘ ਅਸੰਧ ਨੇ ਮੈਂਬਰਾਂ ਦਾ ਕੀਤਾ ਧੰਨਵਾਦ। ਤੇ ਹੁਣ ਖਬਰਾਂ ਵਿਸਤਾਰ ਨਾਲ। ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਨਸ਼ਾ ਤਸਕਰਾਂ ਨੂੰ ਸਿੱਧੀ ਚੇਤਾਵਨੀ ਦਿੱਤੀ ਹੈ। ਉਹਨਾਂ ਕਿਹਾ ਕਿ ਸਾਡੀ ਸਭ ਤੋਂ ਵੱਡੀ ਜੰਗ ਨਸ਼ਿਆਂ ਦੇ ਖਿਲਾਫ ਚੱਲ ਰਹੀ ਹੈ। ਨਸ਼ਾ ਵੇਚਣ ਵਾਲਿਆਂ ਨੂੰ ਕਿਸੇ ਵੀ ਹਾਲਤ ਵਿੱਚ ਬਖਸ਼ਿਆ ਨਹੀਂ ਜਾਵੇਗਾ। ਉਹਨਾਂ ਕਿਹਾ ਕਿ ਪੁਲਿਸ ਵੱਲੋਂ ਹੁਣ ਤੱਕ ਨਸ਼ੇ ਨਾਲ ਜੁੜੀਆਂ ਕਈ ਵੱਡੀਆਂ ਮੱਛੀਆਂ ਨੂੰ ਫੜਿਆ ਗਿਆ ਅਤੇ ਬਹੁਤ ਸਾਰੇ ਤਸਕਰਾਂ ਦੀਆਂ ਜਾਇਦਾਦਾਂ ਜ਼ਬਤ ਕੀਤੀਆਂ ਗਈਆਂ ਨੇ। ਹੁਣ ਤੱਕ ਤਕਰੀਬਨ 400 ਕਰੋੜ ਰੁਪਏ ਦੇ ਕਰੀਬ ਦੀ ਜਾਇਦਾਦ ਜ਼ਬਤ ਕੀਤੀ ਗਈ ਹੈ। ਮੋਹਾਲੀ ਵਿੱਚ ਐਂਟੀ ਨਾਰਕੋਟਿਕ ਟਾਸਕ ਫੋਰਸ ਦੀ ਨਵੀਂ ਇਮਾਰਤ ਦਾ ਉਦਘਾਟਨ ਕਰਨ ਉਪਰੰਤ ਭਗਵੰਤ ਮਾਨ ਨੇ ਪ੍ਰੈਸ ਕਾਨਫਰੰਸ ਵਿੱਚ ਕਿਹਾ ਕਿ ਸਾਡੀ ਸਰਕਾਰ ਵੱਲੋਂ ਹਰ ਫੀਲਡ ਵਿੱਚ ਇਨੀਸ਼ੀਏਟਿਵ ਲਏ ਜਾ ਰਹੇ ਨੇ। ਇਸੇ ਤਹਿਤ ਹੁਣ ਸਪੈਸ਼ਲ ਟਾਸਕ ਫੋਰਸ ਨੂੰ ਅਪਡੇਟ ਕੀਤਾ ਗਿਆ ਅਤੇ ਇਸ ਦਾ ਨਾਂ ਨਵੀਂ ਐਂਟੀ ਨਾਰਕੋਟਿਕ ਟਾਸਕ ਫੋਰਸ ਰੱਖਿਆ ਗਿਆ। ਇਹ ਸਪੈਸ਼ਲ ਟਾਸਕ ਫੋਰਸ ਦੀ ਜਗ੍ਹਾ ਲਵੇਗੀ। ਇਸ ਫੋਰਸ ਵਿੱਚ ਮੁਲਾਜ਼ਮਾਂ ਦੀ ਗਿਣਤੀ ਨੂੰ ਦੁੱਗਣਾ ਕੀਤਾ ਗਿਆ। ਪਹਿਲਾਂ ਇਸ ਵਿੱਚ 400 ਮੁਲਾਜ਼ਮ ਸੀ, ਹੁਣ ਇਸ ਨੂੰ ਵਧਾ ਕੇ 800 ਕੀਤਾ ਜਾਵੇਗਾ। ਇਸ ਦੇ ਨਾਲ ਹੀ ਮੁੱਖ ਮੰਤਰੀ ਭਗਵੰਤ ਮਾਨ ਨੇ ਵਟਸਐਪ ਚੈਟਬੋਟ ਦਾ ਉਦਘਾਟਨ ਕੀਤਾ। ਕੋਈ ਵੀ ਵਿਅਕਤੀ ਵਟਸਐਪ ਨੰਬਰ 9771100200 'ਤੇ ਨਸ਼ੇ ਦੀ ਸੂਚਨਾ ਦੇ ਸਕਦਾ ਹੈ, ਜਿਸ ਉੱਤੇ ਫੌਰੀ ਐਕਸ਼ਨ ਲਿਆ ਜਾਵੇਗਾ। ਸਭ ਤੋਂ ਵੱਡਾ ਜਿਹੜਾ ਸਮਝ ਲਓ ਵੀ ਜੰਗ ਚੱਲ ਰਹੀ ਹੈ ਉਹ ਹੈਗੀ ਹੈ ਨਸ਼ਿਆਂ ਦੇ ਖਿਲਾਫ, ਡਰੱਗ ਦੇ ਖਿਲਾਫ। ਤੁਸੀਂ ਪਿਛਲੇ ਕਈ ਮਹੀਨਿਆਂ ਤੋਂ ਦੇਖ ਰਹੇ ਹੋਵੋਗੇ ਕਿ ਬਹੁਤ ਸਾਰੇ ਸਮੱਗਲਰ ਫੜੇ ਜਾ ਰਹੇ ਨੇ, ਉਹਨਾਂ ਦੀਆਂ ਪ੍ਰੋਪਰਟੀਜ਼ ਜਿਹੜੀਆਂ ਨੇ, ਜਿਹੜੀਆਂ ਉਹਨਾਂ ਨੇ ਨਸ਼ਾ ਤਸਕਰੀ ਦੇ ਪੈਸੇ ਨਾਲ ਬਣਾਈਆਂ ਨੇ, ਉਹਨਾਂ ਨੂੰ ਸਰਕਾਰ ਨੇ ਜ਼ਬਤ ਕੀਤਾ। ਲਗਭਗ 400 ਕਰੋੜ ਦੇ 400 ਕਰੋੜ ਦੇ ਨੇੜੇ ਦੀ ਪ੍ਰੋਪਰਟੀਜ਼ ਪੰਜਾਬ ਸਰਕਾਰ ਨੇ, ਪੰਜਾਬ ਪੁਲਿਸ ਨੇ ਜ਼ਬਤ ਕੀਤੀਆਂ ਨੇ। ਇਹਦੇ ਨਾਲ ਇਹ ਮੈਸੇਜ ਜਾਂਦਾ ਕਿ ਜੇ ਤੁਸੀਂ ਇਹ ਗਲਤ ਕੰਮ ਕਰਕੇ ਪੈਸਾ ਕਮਾ ਲਓਗੇ ਤਾਂ ਲੈ ਕੇ ਕਿੱਥੇ ਜਾਓਗੇ ਫਿਰ। ਸੋ ਅਸੀਂ ਹੁਣ ਸਾਡੇ ਕੋਲ ਸਪੈਸ਼ਲ ਟਾਸਕ ਫੋਰਸ ਨਾਂ ਦੀ ਇੱਕ ਪੁਲਿਸ ਸੀਗੀ, ਜੋ STF ਕਹਿੰਦੇ ਸੀ ਉਹਨੂੰ, ਅਸੀਂ ਉਹਦੇ 'ਚ ਅਲੱਗ ਅਲੱਗ ਜਗ੍ਹਾ ਤੋਂ ਲਏ ਹੋਏ ਸੀਗੇ ਪੁਲਿਸ ਤੋਂ, ਕੋਈ ਤੋਂ ਲਿਆ ਹੋਇਆ, ਕੋਈ ਤੋਂ ਇਕੱਠੀ ਕੀਤੀ ਹੋਈ ਸੀ। ਅਸੀਂ ਉਹਨੂੰ ਅਪਡੇਟ ਕੀਤਾ, ਡਿਜੀਟਲ ਕੀਤਾ। ਉਹਦਾ ਨਾਂ ਹੈਗਾ ਐਂਟੀ ਨਾਰਕੋਟਿਕਸ ਟਾਸਕ ਫੋਰਸ, AITF। ਸੋ STF ਦਾ ਇਹ ਜਗ੍ਹਾ ਲਊਗੀ, ਉਹਨੂੰ ਰਿਪਲੇਸ ਕਰਾਂਗੇ। ਹਾਈਲੀ ਪ੍ਰੋਫੈਸ਼ਨਲ ਬੰਦੇ ਹਾਇਰ ਕੀਤੇ ਨੇ, ਚਾਹੇ ਉਹ ਲਾਅ ਅਫਸਰ ਹੋਣ, ਚਾਹੇ ਉਹ ਫੋਰੈਂਸਿਕ ਦੇ ਹੋਣ, ਚਾਹੇ ਹੋਰ ਜਾਂਚ ਦੇ ਅਧਿਕਾਰੀ ਹੋਣ। ਪਹਿਲਾਂ ਇਹਨਾਂ ਦੀ ਗਿਣਤੀ 400 ਸੀ,
ਹੁਣ ਅਸੀਂ ਇਹਨਾਂ ਦੀ ਗਿਣਤੀ ਵਧਾ ਕੇ 800 ਕਰਾਂਗੇ ਅਤੇ ਆਪਣੇ ਹੀ ਹੋਣਗੇ ਇਹਨਾਂ ਦੇ। ਇਹ ਨਹੀਂ ਹੈਗਾ ਕਿ ਇੱਧਰੋਂ ਉੱਧਰੋਂ ਲੈਣੇ ਪੈ ਰਹੇ ਆ ਫਲਾਨੇ ਥਾਣੇ 'ਚੋਂ ਫਲਾਨੇ ਜ਼ਿਲ੍ਹੇ 'ਚੋਂ। ਅਤੇ ਉਹਦੇ ਨਾਲ ਇਹ ਹੋਊਗਾ ਕਿ ਜਿਹੜੇ 400 ਕਿਤੋਂ ਹੋਰ ਲਏ ਹੋਏ ਸੀ ਉਹ ਵੀ ਆਪਣੇ ਜ਼ਿਲ੍ਹਿਆਂ 'ਚ ਚਲੇ ਜਾਣਗੇ, ਤਾਂ ਉਹ ਜਿਹੜੀ ਨੋਰਮਲ ਪੁਲਿਸ ਹੈ ਜਾਂ ਜਿਹੜੇ ਵਿਭਾਗ 'ਚੋਂ ਆਏ ਨੇ ਉਹ ਆਪਣਾ ਆਪਣਾ ਕੰਮ ਉੱਥੇ ਕਰਨਗੇ। ਸੋ ਅੱਜ ਇੱਥੇ ਉਦਘਾਟਨ ਕੀਤਾ ਅਤੇ ਬਹੁਤ ਸ਼ਾਨਦਾਰ ਲੇਟੈਸਟ ਕੰਪਿਊਟਰ ਨੇ ਔਰ ਇਹਦੇ ਵਿੱਚ 90 ਲੱਖ ਰੁਪਏ ਦੀ ਲਾਗਤ ਆਈ ਹੈ ਇਸ ਥਾਣੇ ਨੂੰ ਅਪਡੇਟ ਕਰਨ 'ਤੇ। ਇਹ ਪਹਿਲੀ ਵਾਰ ਹੋ ਰਿਹਾ ਕਿ ਅਸੀਂ ਇੱਕ ਰਾਜ ਸਰਕਾਰ ਵੱਲੋਂ ਪਹਿਲ ਕਰ ਰਹੇ ਹਾਂ ਕਿ ਐਂਟੀ ਡਰੱਗ ਹੈਲਪਲਾਈਨ ਜਿਹੜੀ ਵਟਸਐਪ ਚੈਟਬੋਟ ਜੋ ਉਹਦਾ ਉਦਘਾਟਨ ਕੀਤਾ ਗਿਆ ਅਤੇ ਕੋਈ ਵੀ ਬੰਦਾ ਉਸ ਨੰਬਰ 'ਤੇ ਇਨਫੋਰਮੇਸ਼ਨ ਜਿਵੇਂ ਲਿਖਿਆ ਹੋਇਆ ਤੁਹਾਡੇ ਸਾਹਮਣੇ ਦੇ ਸਕਦਾ ਜਾਂ ਇਨਫੋਰਮੇਸ਼ਨ ਲੈ ਸਕਦਾ ਔਰ ਉਹਦਾ ਨਾਮ ਗੁਪਤ ਰੱਖਿਆ ਜਾਊ। ਜੇ ਕਿਸੇ ਨੇ ਕੋਈ ਇਨਫੋਰਮੇਸ਼ਨ ਦੇਣੀ ਹੈ ਕਿ ਇੱਥੇ ਨਸ਼ਾ ਵਿਕ ਰਿਹਾ ਜਾਂ ਇੱਥੇ ਸਾਡੇ ਇਸ ਤਰ੍ਹਾਂ ਦੀਆਂ ਦਿੱਕਤਾਂ ਆ ਰਹੀਆਂ ਨੇ, ਸੋ ਉਹਦਾ ਨੰਬਰ ਹੈਗਾ 9779100200 9779100200 ਬਕਾਇਦਾ ਤੌਰ 'ਤੇ ਕੰਟਰੋਲ ਰੂਮ ਬਣਾਇਆ ਗਿਆ ਜਿੱਥੇ ਮੈਸੇਜ ਆਉਣਗੇ ਉਹਨਾਂ ਮੈਸੇਜਾਂ ਦਾ ਜਵਾਬ ਵੀ ਦਿੱਤਾ ਜਾਊਗਾ। ਸਮੱਸਿਆ ਹੱਲ ਕਰਨ ਵਾਲੀ ਹੈ, ਨਾਲ ਦੀ ਨਾਲ ਜੇ ਕਾਉਂਸਲਿੰਗ ਦੀ ਲੋੜ ਪੈਂਦੀ ਹੈ, ਕੋਈ ਕਾਉਂਸਲਿੰਗ ਵਾਸਤੇ ਹੈ, ਕੋਈ ਕਿਸੇ ਹੋਰ ਦਿੱਕਤ ਹੈ ਕੋਈ ਉਹਨੂੰ ਆ ਰਹੀ ਹੈ, ਤਾਂ ਜਿਹੜੀ ANTF ਹੈ ਉਹਦੀ ਹੈਲਪ ਕਰੂਗੀ। ਉਹ ਕਿਸੇ ਨੇ ਓਟ ਕਲੀਨਿਕ ਜਾਣਾ, ਕਿਸੇ ਨੇ ਹੋਰ ਦਵਾਈ ਲੈਣੀ ਹੈ, ਉਹ ਹੈਲਪ ਕਰਾਂਗੇ। ਅਸੀਂ ਜਿਹੜੇ ਡਰੱਗ ਐਡਿਕਸ਼ਨ 'ਚ ਪੈ ਗਏ ਸੀ ਉਹਨਾਂ ਨੂੰ ਇੱਕ ਪੇਸ਼ੈਂਟ ਸਮਝਦੇ ਹਾਂ ਕਿ ਉਹਨਾਂ ਨੂੰ ਹਸਪਤਾਲ ਜਾਣਾ ਚਾਹੀਦਾ, ਉਹਨਾਂ ਨੂੰ ਜੇਲ੍ਹਾਂ 'ਚ ਨਹੀਂ ਜਾਣਾ ਚਾਹੀਦਾ। ਜਿਹੜੇ ਵੇਚਦੇ ਹੈ ਵੱਡੀਆਂ ਮੱਛੀਆਂ ਉਹਨਾਂ ਨੂੰ ਅਸੀਂ ਬਖਸ਼ਣਾ ਨਹੀਂ। ਸੋ ਪੂਰਾ ਦੇਸ਼ ਦੇ ਵਿੱਚ ਪਹਿਲੀ ਵਾਰ ਹੋ ਰਿਹਾ ਕਿ ਇੱਕ ਪੂਰੀ ਜਿਹੜੀ ਫੋਰਸ ਹੈ ਉਹ ਇਸੇ ਕੰਮ ਵਾਸਤੇ ਬਣਾਈ ਜਾ ਰਹੀ ਹੈ। ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ BJP ਦੀ ਸੰਸਦ ਮੈਂਬਰ ਕੰਗਣਾ ਰਣੌਤ ਉੱਤੇ ਵੀ ਤਿੱਖੇ ਨਿਸ਼ਾਨੇ ਸਾਧੇ। ਉਹਨਾਂ ਕਿਹਾ ਕਿ ਉਹ ਸੰਸਦ ਮੈਂਬਰ ਹੈ ਅਤੇ ਉਸਨੂੰ ਹੁਣ ਸੋਚ ਸਮਝ ਕੇ ਬਿਆਨ ਦੇਣੇ ਚਾਹੀਦੇ ਨੇ। ਉਹਨੇ ਕਿਹਾ ਕਿ BJP ਬੇਸ਼ੱਕ ਉਸਦੇ ਬਿਆਨ ਤੋਂ ਕਿਨਾਰਾ ਕਰ ਰਹੀ ਹੈ, ਪਰ ਜੇ ਉਹ ਸੱਚਮੁੱਚ ਉਸਦੇ ਬਿਆਨ ਨਾਲ ਸਹਿਮਤ ਨਹੀਂ ਤਾਂ ਉਸਦੇ ਖਿਲਾਫ ਕਾਰਵਾਈ ਕਰੇ। ਪਤਾ ਕੀ ਹੈ, ਜੋ ਪਬਲਿਕ ਲਾਈਫ 'ਚ ਆ ਗਏ, MP ਬਣ ਗਏ ਔਰ ਲੋਕਾਂ ਨੇ ਮੰਡੀ ਹਲਕੇ ਦੇ ਜਿਹੜੀਆਂ ਸਮੱਸਿਆਵਾਂ ਨੇ ਉਹਨਾਂ ਨੂੰ ਹੱਲ ਕਰਨ ਵਾਸਤੇ ਬਣਾ ਉਹਨਾਂ ਨੂੰ ਚੁਣਿਆ, ਨਾ ਕਿ ਕੋਈ ਇਸ ਤਰ੍ਹਾਂ ਦੇ ਬੇਹੂਦੇ ਬੇਸਲੈਸ ਬਿਆਨ ਦੇਣੇ ਜਿਹਦੇ ਨਾਲ ਸਮਾਜ ਦੇ ਵਿੱਚ ਕੋਈ ਅਸਥਿਰਤਾ ਫੈਲਦੀ ਹੈ। ਗਲਤ ਗੱਲ ਹੈ, ਪਬਲਿਕ ਲਾਈਫ ਦੇ ਵਿੱਚ MP ਨੇ ਉਹ ਤਾਂ ਘੱਟੋ ਘੱਟ ਇਸ ਤਰ੍ਹਾਂ ਦੇ ਬਿਆਨ ਨਹੀਂ ਦੇਣੇ ਚਾਹੀਦੇ ਜਿਹਦੇ ਨਾਲ ਕੋਈ ਕਿਸੇ ਨੂੰ ਹਰਟ ਹੁੰਦਾ ਹੋਵੇ। ਔਰ ਈਵਨ BJP ਨੇ ਖੁਦ ਨੇ ਪੱਲਾ ਝਾੜ ਲਿਆ ਕਿ ਨਹੀਂ ਜੀ ਇਹ ਤਾਂ ਗਲਤ ਹੈ। ਸੋ BJP ਨੂੰ ਇਹ ਇਕੱਲਾ ਨਿੱਜੀ ਬਿਆਨ ਕਹਿ ਕੇ ਨਹੀਂ ਸਰਨਾ, ਉਹਨਾਂ 'ਤੇ ਕੰਟਰੋਲ ਵੀ ਕਰਨਾ ਪਊਗਾ, ਕਿਉਂਕਿ ਪੰਜਾਬੀ ਜਿਹੜੇ ਨੇ ਉਹ ਪਿਆਰ ਨਾਲ ਸਾਡੀ ਜਾਨ ਲੈ ਲਓ, ਪਰ ਜੇ ਸਾਡੇ ਨਾਲ ਕੋਈ ਤੁਸੀਂ ਇਸ ਤਰ੍ਹਾਂ ਦੀਆਂ ਸਾਡੇ 'ਤੇ ਕੋਈ ਇਲਜ਼ਾਮ ਜਾਂ ਬੇਸਲੈਸ ਕੋਈ ਤੋਹਮਤਾਂ ਲਾਓਗੇ ਤਾਂ ਫਿਰ ਜਿਹੜਾ ਗੁੱਸਾ ਫਿਰ ਸਾਡਾ ਕਰਨਾ ਜਾਇਜ਼ ਬਣਦਾ। ਸੋ ਮੈਂ ਇਹੀ ਕਹੂੰਗਾ BJP ਦੀ ਸਰਕਾਰ ਨੂੰ ਕਿ ਆਪਣੇ MPs 'ਤੇ ਕੰਟਰੋਲ ਰੱਖੋ। ਕੋਈ ਕੁਛ ਕਹਿ ਦਿੰਦਾ, ਕੋਈ ਕੁਛ ਕਹਿ ਦਿੰਦਾ, ਬਾਅਦ 'ਚ ਕਹਿੰਦੇ ਨਿੱਜੀ ਬਿਆਨ ਹੈ ਜੀ, ਠੀਕ ਹੈ ਨਾ।
ਸੋ ਨਿੱਜੀ ਵੀ ਤਾਂ ਫਿਰ ਪਾਰਟੀ ਦਾ ਹੀ ਹੁੰਦਾ ਨਾ, ਐਂ ਕਿ ਜੇ ਨਿੱਜੀ ਬਿਆਨ ਹੈ ਤਾਂ ਉਹਨੂੰ ਪਾਰਟੀ 'ਚੋਂ ਕੱਢੋ ਫਿਰ। ਸੋ ਇਸ ਕਰਕੇ ਕਦੇ ਕਿਸਾਨਾਂ ਦੇ ਅੰਦੋਲਨ ਬਾਰੇ ਕੁਛ ਬੋਲਤਾ, ਕਦੇ ਕੁਛ ਬੋਲਤਾ, ਹੈ ਨਾ। ਸੋ ਇਹ ਅਸੀਂ ਕਾਬਲ ਬਰਦਾਸ਼ਤ ਦੇ ਕਾਬਲ ਨਹੀਂ ਹੈਗੇ। ਸ਼੍ਰੋਮਣੀ ਅਕਾਲੀ ਦਲ ਨੂੰ ਅਲਵਿਦਾ ਕਹਿਣ ਤੋਂ ਬਾਅਦ ਹਰਦੀਪ ਸਿੰਘ ਡਿੰਪੀ ਢਿੱਲੋਂ ਆਮ ਆਦਮੀ ਪਾਰਟੀ ਦੇ ਵਿੱਚ ਸ਼ਾਮਲ ਹੋ ਗਏ। ਮੁੱਖ ਮੰਤਰੀ ਭਗਵੰਤ ਮਾਨ ਨੇ ਗਿੱਦੜਬਾਹਾ ਵਿੱਚ ਡਿੰਪੀ ਢਿੱਲੋਂ ਦੇ ਸਿਰੋਪਾ ਪਾ ਕੇ ਉਸਨੂੰ ਪਾਰਟੀ ਦੇ ਵਿੱਚ ਸ਼ਾਮਲ ਕੀਤਾ। ਜ਼ਿਕਰਯੋਗ ਹੈ ਕਿ ਬੀਤੇ ਦਿਨੀ ਹਰਦੀਪ ਸਿੰਘ ਡਿੰਪੀ ਢਿੱਲੋਂ ਨੇ ਅਕਾਲੀ ਦਲ ਵਿੱਚੋਂ ਅਸਤੀਫਾ ਦੇ ਦਿੱਤਾ ਸੀ। ਡਿੰਪੀ ਢਿੱਲੋਂ ਸੁਖਬੀਰ ਸਿੰਘ ਬਾਦਲ ਦੇ ਕਾਫ਼ੀ ਕਰੀਬੀ ਰਹੇ ਨੇ। ਹਰਦੀਪ ਸਿੰਘ ਡਿੰਪੀ ਗਿੱਦੜਬਾਹਾ ਤੋਂ ਵਿਧਾਨ ਸਭਾ ਦੀ ਚੋਣ ਲੜ ਚੁੱਕੇ ਨੇ। ਅਸਤੀਫਾ ਦੇਣ ਤੋਂ ਬਾਅਦ ਹਰਦੀਪ ਸਿੰਘ ਡਿੰਪੀ ਢਿੱਲੋਂ ਨੇ ਕਿਹਾ ਸੀ ਕਿ ਉਹਨਾਂ ਨੇ ਪਾਰਟੀ ਦੇ ਸਾਰੇ ਅਹੁਦਿਆਂ ਤੋਂ ਅਸਤੀਫਾ ਦੇ ਦਿੱਤਾ। ਇਸ ਮੌਕੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਸੁਖਬੀਰ ਸਿੰਘ ਬਾਦਲ 'ਤੇ ਤਿੱਖੇ ਸ਼ਬਦ ਵਰ ਕੀਤੇ ਅਤੇ ਉਹਨਾਂ ਨੂੰ ਗਿੱਦੜਬਾਹਾ ਤੋਂ ਚੋਣ ਲੜਨ ਦੀ ਚੁਣੌਤੀ ਦਿੱਤੀ। ਤੁਹਾਡਾ ਇੰਨੀ ਭਾਰੀ ਗਿਣਤੀ 'ਚ ਆਉਣਾ ਗਰਮੀ ਦੇ ਬਾਵਜੂਦ, ਬਿਨਾਂ ਕਿਸੇ ਲਾਲਚ ਦੇ, ਬਿਨਾਂ ਕਿਸੇ ਸਵਾਰਥ ਦੇ, ਜਦ ਤੁਹਾਨੂੰ ਕੋਈ ਲਾਲਚ ਦੇ ਕੇ ਬੁਲਾਇਆ ਹੋਵੇ, ਇਹ ਬਹੁਤ ਵੱਡੀ ਗੱਲ ਹੈ ਜੀ। ਅੱਜ ਦੇ ਜ਼ਮਾਨੇ 'ਚ ਜਿੱਥੇ ਭਾਈ ਦੀ ਭਾਈ ਨਾਲ ਨਹੀਂ ਬਣਦੀ, ਜਿੱਥੇ ਰਿਸ਼ਤੇਦਾਰ ਨਾਲ ਨਹੀਂ ਖੜ੍ਹਦੇ ਔਖੇ ਸਮੇਂ 'ਤੇ, ਅਤੇ ਤੁਸੀਂ ਡਿੰਪੀ ਦੇ ਨਾਲ ਖੜ੍ਹੇ ਹੋ ਇਸ ਔਖੇ ਮੌਕੇ 'ਤੇ, ਮੈਂ ਤੁਹਾਡੇ ਨਾਲ ਵਾਅਦਾ ਕਰਦਾ ਕਿ ਤੁਹਾਨੂੰ ਜਿਵੇਂ ਪੰਜਾਬੀ 'ਚ ਕਹਿੰਦੇ ਫੁੱਲ ਵੀ ਨਹੀਂ ਆਉਣ ਦਿੰਦੇ, ਤੁਸੀਂ ਸਾਡੇ ਸਾਰੇ ਸਤਿਕਾਰਯੋਗ ਹੋ। ਤੁਹਾਡਾ ਮਾਣ ਇੱਜ਼ਤ ਦੁੱਗਣਾ ਤਿੱਗਣਾ ਤੁਹਾਨੂੰ ਦੇਵਾਂਗੇ, ਕਿਉਂਕਿ ਤੁਸੀਂ ਇੱਕ ਇਹੋ ਜਿਹੇ ਬੰਦੇ ਨੂੰ ਸਾਡੇ ਕੋਲ ਭੇਜ ਰਹੇ ਹੋ ਜਿਹੜੇ ਕੋਲ ਤਜਰਬਾ ਹੈ ਔਰ ਜਜ਼ਬਾ ਹੈ ਕੰਮ ਕਰਨ ਦਾ, ਲੋਕਾਂ ਦੀ ਸੇਵਾ ਕਰਨ ਦਾ, ਇਹੀ ਚਾਹੀਦਾ ਹੁੰਦਾ। ਬਾਕੀ ਤੁਸੀਂ ਹੁਣ ਗੱਲਾਂ ਦੱਸੀਆਂ ਜਿਵੇਂ ਖਾਸ ਤੌਰ 'ਤੇ ਸੀਵਰੇਜ ਦੀ, ਹਾਂਜੀ ਸੀਵਰੇਜ ਅਤੇ ਵਾਟਰ ਬਾਕਸ ਦੀ, ਮੈਂ ਅਫਸਰ ਨਾਲ ਗੱਲ ਕੀਤੀ ਹੈ, 15 ਕਰੋੜ ਇੱਕ ਹੈ, 13 ਕਰੋੜ ਇੱਕ ਹੈ, 28 ਕਰੋੜ ਰੁਪਏ ਦੇ ਟੈਂਡਰ ਫਲੋਟ ਕਰਤੇ, ਆਉਣ ਵਾਲੇ 10-15 ਦਿਨਾਂ 'ਚ ਟੈਂਡਰ ਖੁੱਲ੍ਹ ਜਾਣਗੇ ਅਤੇ ਤੁਹਾਡਾ ਸੀਵਰੇਜ ਵਾਲਾ। ਡਿੰਪੀ ਬਾਈ, ਤੁਸੀਂ ਅੱਜ ਪਹਿਲੀ ਵਾਰ ਮੈਨੂੰ ਕੁਛ ਕਿਹਾ ਅਤੇ ਤੁਹਾਡਾ ਤੁਸੀਂ ਬਸ ਸਿੰਪਲ ਜੀ ਗੱਲ ਹੈ, ਤੁਸੀਂ ਮੈਨੂੰ ਦੱਸਿਆ ਕਰਨਾ, ਮੈਂ ਸਾਈਨ ਕਰਿਆ ਕਰਨੇ ਨੇ, ਜੋ ਤੁਸੀਂ ਚਾਹੁੰਦੇ ਹੋ ਆਪਣੇ ਹਲਕੇ ਲਈ, ਸ਼ਹਿਰ ਦਾ ਆਪਣਾ ਸੀਵਰੇਜ ਦਾ, ਸ਼ਹਿਰ ਦਾ ਸੀਵਰੇਜ ਦੀ ਸਮੱਸਿਆ ਖਤਮ ਕਰਾਂਗੇ। ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰਾਂ ਨੇ ਸਰਬਸੰਮਤੀ ਦੇ ਨਾਲ ਭੁਪਿੰਦਰ ਸਿੰਘ ਅਸੰਧ ਨੂੰ ਮੁੜ ਤੋਂ ਪ੍ਰਬੰਧਕ ਕਮੇਟੀ ਦਾ ਪ੍ਰਧਾਨ ਚੁਣ ਲਿਆ। ਜਿਸ ਤੋਂ ਬਾਅਦ ਉਹਨਾਂ ਕਿਹਾ ਕਿ ਉਹ ਆਪਣੀ ਜ਼ਿੰਮੇਵਾਰੀ ਤਨਦੇਹੀ ਨਾਲ ਨਿਭਾਉਣਗੇ। ਉਹਨਾਂ ਕਿਹਾ ਕਿ ਜਦੋਂ ਹਰਿਆਣਾ ਕਮੇਟੀ ਦੀ ਸੇਵਾ ਹਰਿਆਣਾ ਦੇ ਸਿੱਖਾਂ ਨੂੰ ਮਿਲੀ ਹੈ, ਤਦ ਤੋਂ ਗੁਰਦੁਆਰਾ ਸਾਹਿਬਾਨ ਦਾ ਪ੍ਰਬੰਧ ਸੁਚੱਜੇ ਤਰੀਕੇ ਨਾਲ ਚਲਾਇਆ ਜਾ ਰਿਹਾ ਹੈ। ਇਸ ਮੌਕੇ ਜਥੇਦਾਰ ਬਲਜੀਤ ਸਿੰਘ ਦਾਦੋਵਾਲ ਨੇ ਕਿਹਾ ਕਿ ਕੁੱਲ 41 ਵਿੱਚੋਂ 40 ਮੈਂਬਰਾਂ ਵੱਲੋਂ ਸਰਬਸੰਮਤੀ ਦੇ ਨਾਲ ਪ੍ਰਧਾਨ ਦੀ ਚੋਣ ਕੀਤੀ ਗਈ ਹੈ। ਉਹਨਾਂ ਕਿਹਾ ਕਿ ਪ੍ਰਧਾਨ ਦੀ ਸੇਵਾ ਭੁਪਿੰਦਰ ਸਿੰਘ ਅਸੰਧ ਨੂੰ ਮਿਲੀ ਹੈ, ਸੁਦਰਸ਼ਨ ਸਿੰਘ ਅਬਾਲਾ ਨੂੰ ਸੀਨੀਅਰ ਮੀਤ ਪ੍ਰਧਾਨ, ਰਵਿੰਦਰ ਕੌਰ ਅਜਰਾਣਾ ਨੂੰ ਜੂਨੀਅਰ ਮੀਤ ਪ੍ਰਧਾਨ, ਸੁਖਵਿੰਦਰ ਸਿੰਘ ਮੰਡੇਵਰ ਨੂੰ ਜਨਰਲ ਸਕੱਤਰ, ਗੁਲਾਬ ਸਿੰਘ ਮੁਣਕ ਨੂੰ ਮੀਤ ਸਕੱਤਰ ਦੀ ਸੇਵਾ ਦਿੱਤੀ ਗਈ ਹੈ। ਇਸ ਦੇ ਨਾਲ ਹੀ ਸੇ ਐਗਜੈਕਟਿਵ ਮੈਂਬਰ ਵੀ ਚੁਣੇ ਗਏ ਨੇ। ਅੱਜ ਬੜਾ ਖੁਸ਼ੀ ਦਾ ਮਾਹੌਲ ਹੈ, ਹਰਿਆਣਾ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਦੇ 2014 ਦੇ ਐਕਟ ਅਨੁਸਾਰ ਅੱਜ ਜਿਹੜੀ ਨੋਮੀਨੇਟ ਕਮੇਟੀ ਉਹਦੀ ਚੋਣ ਹੋਈ ਹੈ। ਸਾਰੇ ਸੰਗਤ ਨੇ, ਮੈਂਬਰ ਸਾਹਿਬਾਂ ਨੇ ਸਰਬਸੰਮਤੀ ਨਾਲ ਮੈਨੂੰ ਪ੍ਰਧਾਨ ਚੁਣਿਆ, ਬੜੀ ਖੁਸ਼ੀ ਦੀ ਗੱਲ ਹੋਈ ਹੈ। ਸਾਰੀ ਚੋਣ ਸਰਬਸੰਮਤੀ ਨਾਲ ਹੋਈ ਹੈ, ਇਹ ਬੜੀ ਵੱਡੀ ਖੁਸ਼ੀ ਦੀ ਗੱਲ ਹੈ। ਇਹੋ ਜਿਹਾ ਕਦੀ ਮਾਹੌਲ ਬਣਿਆ ਨਹੀਂ, ਜਿਵੇਂ ਦਾ ਐਤਕਾ ਮਾਹੌਲ ਬਣਿਆ ਹੈ, ਅਤੇ ਮੈਂ ਸਾਰਿਆਂ ਦਾ ਧੰਨਵਾਦ ਕਰਨਾ ਵਾਂ, ਮੈਂਬਰ ਸਾਹਿਬਾਨਾਂ ਦਾ ਸਤਿਕਾਰ ਕਰਨਾ ਅਤੇ ਧੰਨਵਾਦ ਕਰਨਾ ਵਾਂ, ਸਮੁੱਚੀ ਕੌਮ ਨੂੰ, ਸਮੁੱਚੀ ਦੇਸ਼ ਨੂੰ, ਸਾਰੇ ਵਾਸੀਆਂ ਦਾ ਮੈਂ ਵਿਸ਼ਵਾਸ ਦਵਾਉਂਦਾ ਵਾਂ, ਮਨ ਤਨ ਧਨ ਨਾਲ ਸੇਵਾ ਕਰਾਂਗਾ, ਸਤਿਕਾਰ ਨਾਲ ਸੇਵਾ ਕਰਾਂਗਾ ਗੁਰੂ ਘਰਾਂ ਦੀ। ਵੀਰੋ, ਜਦੋਂ ਦੇ ਅਸੀਂ ਬਣੇ ਹਾਂ,
ਹਰਿਆਣਾ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਕੋਲ ਬੈਂਕਾਂ ਦੇ ਵਿੱਚ ਕੋਈ ਪੈਸਾ ਨਹੀਂ ਸੀ। ਆਹ 40 ਤੋਂ 50 ਕਰੋੜ ਦੀਆਂ ਐਫ ਡੀਆਂ ਹੋ ਗਈਆਂ ਨੇ ਬੈਂਕਾਂ ਦੇ ਵਿੱਚ। ਇਹ ਬੜੀ ਵੱਡੀ ਗੱਲ ਹੈ। ਸਰਾਵਾਂ ਦੀਆਂ ਸੇਵਾ ਚੱਲਦੀਆਂ ਨੇ ਪਈਆਂ। ਜੇਕਰ ਗੱਲ ਕਰੀਏ ਨਾਢਾ ਸਾਹਿਬ ਦੀ, ਸਰਾਂ ਦੀ ਸੇਵਾ ਚੱਲਦੀ ਪਈ ਹੈ। ਜੇਕਰ ਗੱਲ ਕਰੀਏ ਛੇਵੀਂ ਪਾਤਸ਼ਾਹ ਗੁਰਦੁਆਰਾ ਸਾਹਿਬ ਦੀ, ਸਰਾਂ ਦੀ ਸੇਵਾ ਚੱਲਦੀ ਪਈ ਹੈ। ਜੇ ਗੱਲ ਕਰੀਏ ਪੰਜੋਖਰਾ ਸਾਹਿਬ ਦੀ, ਤਾਂ ਸਰਾਂ ਦੀ ਸੇਵਾ, ਸਰੋਵਰ ਦੀ ਸੇਵਾ, ਸੁੱਖ ਆਸਣ ਦੀ ਸੇਵਾ ਚੱਲਦੀ ਪਈ ਹੈ। ਜਗ੍ਹਾ ਜਗ੍ਹਾ ਸੇਵਾ ਚੱਲਦੀਆਂ, ਚਾਹੇ ਸਰਸੇ ਦੀ ਗੱਲ ਕਰ ਲਓ, ਸੇਵਾ ਚੱਲਦੀਆਂ ਨੇ ਪਈਆਂ। ਧਰਮ ਪ੍ਰਚਾਰ ਜਿਹੜਾ ਸਿਖਰ 'ਤੇ ਪਹੁੰਚ ਗਿਆ, ਬਾਬਾ ਬਲਜੀਤ ਸਿੰਘ ਦਾਦੂਵਾਲ ਨੇ ਧਰਮ ਪ੍ਰਚਾਰ ਕੀਤਾ ਹੈ, ਸਿਖਰ 'ਤੇ ਧਰਮ ਪ੍ਰਚਾਰ ਪਹੁੰਚ ਗਿਆ। ਮੈਂਬਰਾਂ ਕੋ, ਸਾਰਿਆਂ ਕੋ, ਮੈਂਬਰ ਤਾਂ ਮੇਰੇ ਭਰਾ ਨੇ, ਮੇਰੇ ਛੋਟੇ ਵੀਰ ਨੇ, ਮੈਂ ਇਹਨਾਂ ਦੇ ਨਾਲ ਗਲਵੱਟੜੀ ਲੈ ਕੇ ਪਾ ਕੇ ਚੱਲਾਂਗਾ, ਅਤੇ ਸਦਾ ਮੇਰਾ ਘਰ ਦਾ ਬੂਹਾ ਖੁੱਲ੍ਹਾ, ਜਦੋਂ ਮਰਜ਼ੀ ਕੋ ਆਵੇ ਦਰਵਾਜ਼ਾ ਖੁਦਾ ਖੁੱਲ੍ਹੇ ਨੇ। ਅਤੇ ਵੀਰੋ, ਮੈਂ ਧਰਮ ਦਾ ਕੰਮ, ਗੁਰਸਿੱਖੀ ਦੇ ਕੰਮ ਇਮਾਨਦਾਰੀ ਨਾਲ ਕਰਾਂਗਾ, ਸੱਚੀ ਅਤੇ ਸਿੱਧੀ ਸ੍ਰਿਸ਼ਟਾ ਰੱਖ ਕੇ ਕਰਾਂਗਾ, ਅਤੇ ਬੜੇ ਵਧੀਆ ਧਰਮ ਦੇ ਕੰਮ। ਹਰਿਆਣਾ ਦੀਆਂ ਸਿੱਖ ਸੰਗਤਾਂ ਔਰ ਦੇਸ਼ ਵਿਦੇਸ਼ ਦੀਆਂ ਸਮੂਹ ਸੰਗਤਾਂ ਨੂੰ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਲੱਖ ਲੱਖ ਵਧਾਈ ਦਿੰਦਾ। ਹਰਿਆਣਾ ਸਰਕਾਰ ਵੱਲੋਂ ਜੋ 18 ਮਹੀਨਿਆਂ ਵਾਸਤੇ ਨਵੀਂ ਐਡਹੋਕ ਕਮੇਟੀ ਦੀ ਚੋਣ ਕੀਤੀ ਗਈ ਸੀ, ਉਹਨਾਂ 41 ਮੈਂਬਰਾਂ ਨੇ ਅੱਜ ਕੁਰੂਕਸ਼ੇਤਰ ਦੇ ਵਿਖੇ, ਜਿੱਥੇ ਕਿ ਸਰਕਾਰੀ ਡਿਊਟੀ ਅਨੁਸਾਰ ਮਾਣਯੋਗ DC ਸਾਹਿਬ ਸ੍ਰੀ ਸੁਸ਼ੀਲ ਸਾਰਵਣ ਜੀ ਔਰ ADC ਸਾਹਿਬ ਔਰ ਸਿਟੀ ਮੈਜਿਸਟਰੇਟ, ਉਹਨਾਂ ਨੇ ਆਪਣੀ ਸਰਕਾਰੀ ਜ਼ਿੰਮੇਵਾਰੀ ਨਿਭਾਈ ਹੈ। ਅਤੇ ਖੁਸ਼ੀ ਦੀ ਗੱਲ ਹੈ, ਜਿਸ ਗੱਲ ਦੀ ਮੈਂ ਵਧਾਈ ਦਿੰਦਾ, ਕਿ ਸਰਬਸੰਮਤੀ ਦੇ ਨਾਲ 11 ਮੈਂਬਰੀ ਐਗਜੈਕਟਿਵ ਦੀ ਚੋਣ ਹੋਈ ਹੈ। ਕਿਸੇ ਨੇ ਵੀ ਜਿਹੜਾ ਹੈ, ਜੋ DC ਸਾਹਿਬ ਦੇ ਵੱਲੋਂ ਇਹ ਕਿਹਾ ਗਿਆ ਕਿ ਜੇਕਰ ਸਰਬਸੰਮਤੀ ਨਾਲ ਕਰਨੀ ਹੈ, ਇਲੈਕਸ਼ਨ ਕਰਨੀ ਹੈ, ਪਰ ਕਿਸੇ ਨੇ ਵੀ ਜਿਹੜਾ ਇਲੈਕਸ਼ਨ ਨਹੀਂ ਸਰਬਸੰਮਤੀ ਦੇ ਹੱਕ ਦੇ ਵਿੱਚ ਫੈਸਲਾ ਦਿੱਤਾ, ਤਾਂ ਸਰਬਸੰਮਤੀ ਦੇ ਨਾਲ ਜਿਸ ਵੇਲੇ ਨਾਮ ਅਨਾਊਂਸ ਕੀਤੇ ਗਏ, ਪ੍ਰਧਾਨ ਜਥੇਦਾਰ ਭੁਪਿੰਦਰ ਸਿੰਘ ਜੀ ਅਸੰਧ, ਉਹਨਾਂ ਦੇ ਨਾਂ 'ਤੇ ਜਕਾਰੇ ਹੋਏ, ਫਿਰ ਸੀਨੀਅਰ ਮੀਤ ਪ੍ਰਧਾਨ ਸਰਦਾਰ ਸੁਦਰਸ਼ਨ ਸਿੰਘ ਜੀ ਅੰਬਾਲਾ, ਫਿਰ ਜੂਨੀਅਰ ਮੀਤ ਪ੍ਰਧਾਨ ਬੀਬੀ ਰਵਿੰਦਰ ਕੌਰ ਜੀ ਅਜਰਾਣਾ, ਜਨਰਲ ਸਕੱਤਰ ਸੁਖਵਿੰਦਰ ਸਿੰਘ ਜੀ ਮੰਡੇਬਰ, ਮੀਤ ਸਕੱਤਰ ਸਰਦਾਰ ਗੁਲਾਬ ਸਿੰਘ ਜੀ ਮੂਨਕ, ਔਰ ਇਸੇ ਤਰ੍ਹਾਂ 6 ਐਗਜੈਕਟਿਵ ਮੈਂਬਰ ਦਾਸ ਨੂੰ ਸੇਵਾ ਦਿੱਤੀ ਗਈ, ਔਰ ਨਾਲ ਹੀ ਜੋ ਜਥੇਦਾਰ ਜਗਸੀਰ ਸਿੰਘ ਜੀ ਮਾਂਗੇਆਣਾ, ਸਰਦਾਰ ਤਰਵਿੰਦਰਪਾਲ ਸਿੰਘ ਜੀ ਅੰਬਾਲਾ, ਸਰਦਾਰ ਗੁਰਪ੍ਰਸਾਦ ਸਿੰਘ ਜੀ ਫਰੀਦਾਬਾਦ, ਬੀਬੀ ਪਰਮਿੰਦਰ ਕੌਰ ਜੀ ਜੀਂਦ, ਅਤੇ ਸਰਦਾਰ ਪਰਮਜੀਤ ਸਿੰਘ ਜੀ ਕੁਰੂਕਸ਼ੇਤਰ, ਇਹ 6 ਜਿਹੜੇ ਐਗਜੈਕਟਿਵ ਮੈਂਬਰ ਜਿਹੜੇ ਚੁਣੇ ਗਏ। ਸੋ 11 ਮੈਂਬਰੀ ਐਗਜੈਕਟਿਵ ਅੰਤਰੰਗ ਕਮੇਟੀ ਜਿਹੜੀ ਚੁਣੀ ਗਈ ਹੈ, ਔਰ ਜਕਾਰਿਆਂ ਦੀ ਗੂੰਜ ਦੇ ਵਿੱਚ ਸਾਰਿਆਂ ਨੇ ਸਰਬਸੰਮਤੀ ਦੇ ਨਾਲ ਜਿਹੜਾ ਫਤਵਾ ਦਿੱਤਾ, ਜਿਸ ਦੀ ਮੈਂ ਸਮੁੱਚੀ ਐਗਜੈਕਟਿਵ ਨੂੰ, ਸਮੁੱਚੇ ਜਨਰਲ ਹਾਊਸ ਨੂੰ ਵਧਾਈ ਦਿੰਦਾ, ਔਰ ਸਮੁੱਚੀਆਂ ਹਰਿਆਣਾ ਦੀਆਂ ਸੰਗਤਾਂ ਨੂੰ ਵਧਾਈ ਦਿੰਦਾ ਕਿ ਉਹ ਇਸ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਸਹਿਯੋਗ ਕਰਨ, ਅਤੇ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਗੁਰੂ ਘਰਾਂ ਦੇ ਪ੍ਰਬੰਧ ਨੂੰ ਸੁਚੱਜਾ, ਧਰਮ ਪ੍ਰਚਾਰ ਪ੍ਰਸਾਰ ਦੀਆਂ ਸੇਵਾਵਾਂ ਗੁਰੂ ਘਰਾਂ ਦੇ ਪ੍ਰਬੰਧਾਂ ਦੀਆਂ ਸੇਵਾਵਾਂ ਚੜ੍ਹਦੀ ਕਲਾ ਦੇ ਨਾਲ ਕਰਨ। ਸੋ ਇੱਕ ਵਾਰ ਫਿਰ ਸਰਬਸੰਮਤੀ ਦੇ ਨਾਲ ਅੱਜ ਹੋਈ ਐਗਜੈਕਟਿਵ ਕਮੇਟੀ ਦੀ, ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਚੋਣ ਦੀ, ਸਭ ਨੂੰ ਲੱਖ ਲੱਖ ਵਧਾਈ ਹੈ, ਮੁਬਾਰਕ ਆ। ਕੌਮੀ ਘੱਟ ਗਿਣਤੀ ਕਮਿਸ਼ਨ ਦੇ ਚੇਅਰਮੈਨ ਇਕਬਾਲ ਸਿੰਘ ਲਾਲਪੁਰਾ ਦੇ ਗ੍ਰਹਿ ਵਿਖੇ ਕ੍ਰਿਸ਼ਨ ਜਨਮ ਅਸ਼ਟਮੀ ਦਾ ਤਿਉਹਾਰ ਮਨਾਉਣ ਲਈ ਸਰਬ ਧਰਮ ਸੰਵਾਦ ਦਾ ਆਯੋਜਨ ਕੀਤਾ ਗਿਆ, ਜਿਸ ਵਿੱਚ ਕੇਂਦਰੀ ਮੰਤਰੀ ਕਿਰਨ ਰਿਜਿਜੂ, ਸੰਸਦ ਮੈਂਬਰ ਸਤਿਆ ਨਾਰਾਇਣ, ਦਿੱਲੀ ਕਮੇਟੀ ਦੇ ਮੀਤ ਪ੍ਰਧਾਨ ਆਤਮਾ ਸਿੰਘ ਲੁਬਾਣਾ, BJP ਦੇ ਆਗੂ ਤਰਵਿੰਦਰ ਸਿੰਘ ਮਾਰਵਾ, ਕੌਮੀ ਘੱਟ ਗਿਣਤੀ ਕਮਿਸ਼ਨ ਦੇ ਵਾਈਸ ਚੇਅਰਮੈਨ ਅਤੇ ਮੈਂਬਰ ਮੌਜੂਦ ਰਹੇ। ਇਸ ਮੌਕੇ ਇਕਬਾਲ ਸਿੰਘ ਲਾਲਪੁਰਾ ਨੇ ਸਾਰਿਆਂ ਨੂੰ ਜੀ ਆਇਆਂ ਨੂੰ ਕਿਹਾ ਅਤੇ ਕਿਹਾ ਕਿ ਇਸ ਪ੍ਰੋਗਰਾਮ ਦਾ ਮੰਤਵ ਸਾਰਿਆਂ ਧਰਮਾਂ ਵਿੱਚ ਏਕਤਾ, ਇਤਫਾਕ ਅਤੇ ਭਾਈਚਾਰਾ ਪੈਦਾ ਕਰਨਾ ਹੈ। ਉਹਨਾਂ ਸਾਰਿਆਂ ਨੂੰ ਜਨਮ ਅਸ਼ਟਮੀ ਦੀ ਵਧਾਈ ਦਿੱਤੀ।
सब धर्म के गुरुओं को, सब संत साधु, सब महानुभावों को बुलाया, मुझे अच्छा लगा। और हमारा माइनॉरिटी कमीशन के चेयरमैन लालपुरा साहब हर बार ये कार्यक्रम करते हैं और भगवान श्री कृष्ण जन्माष्टमी के शुभ अवसर पर सब धर्म को एक साथ जोड़ने का ये काम जो है, मेरे ख्याल से ये एक बहुत अच्छा संदेश भी दिया है माइनॉरिटी कमीशन की ओर से। मैं संबंधित मंत्री होने के नाते गर्व महसूस करते हैं कि हमारे कमीशन और कमीशन के चेयरमैन इतना अच्छा काम कर रहे हैं। सारे धर्मों का सत्कार करदा और सारे धर्मों का जिहड़े प्रोग्राम हैगे आ, धार्मिक उत्सव है, उन्होंने इकट्ठे होकर मनाईदा ता कि सर्वधर्म संभाल भी होवे, सर्वधर्म सद्भावना भी होवे। अज भी कृष्ण अष्टमी का सिगा त्यौहार असी सब ने मिल के मनाया और सारे भरावों नूं कृष्ण अष्टमी की मुबारकबाद पेश। देश दे नैशनल कमीशन ने सर्वधर्म सम्मेलन मनाया, जन्माष्टमी का त्यौहार मनाया है, कृष्ण बनाओ भगवान जी का जन्म दिहाड़ा मनाया हैगा। इस मौके पर मैनू एक पंक्ति याद आ रही है, अवल अल्लाह नूर उपाय कुदरत के सब बंदे, एक नूर ते सब जग उपजिया कौन भले कौन बंदे। तो महावाक अनुसार जड़ा ए मानवता की जड़ी है यह जानकारी दी हैगी है, जिस तरह की हमने बुलारे दस रहे थे कि गुरु गोबिंद सिंह जी महाराज ने 1699 ईस्वी के खालसा की साजना की सी। तो सारियां तो पहले भाई दया सिंह, भाई धर्म सिंह, फिर हिम्मत सिंह, भाई साहब सिंह, भाई मोहकम सिंह, पंज प्यारे सजाए थे। उस तरह ही अज देश दे विच मंत्रियों का रुतबा दे के हर कम्यूनिटी के लोगों नू नाल जोड़ के सरकार का अंग बनाते हैं। उस टाइम भी गुरु गोबिंद सिंह ने हर समाज के वर्ग नू नाल लेके एक वड्डा रुतबा सिखां नू दिता हैगा। अज आपां उस रुतबे दे उते सारे चल रहे हैं और सारे ही आपां सारे ही सांझे धर्म की गलबात करते हैं और अज इस मौके पर सारे धर्मों के लोगों नू बुला के इकबाल सिंह लालपुरा ने बहुत अच्छा मैसेज देने की कोशिश की है, देश की एकता और अखंडता की गल की है। इस मौके पर असी लालपुरा जी के इस उपराले का बहुत बहुत धन्यवाद करते हैं। अच्छा प्रोग्राम जिहड़ा कि इकबाल सिंह लालपुरा जी ने करवाया है अपनी कोठी श्री कृष्ण महाराज जी की जन्माष्टमी का पर्व किया गया है, ये बड़ी अच्छी गल हैगी है। सर्वधर्म अज का जरा सर्वधर्म सम्मेलन का नाम दिता गया है क्योंकि श्री कृष्ण महाराज जी भी सारे धर्मों के आदर सत्कार करते थे और अज असी इकबाल सिंह लालपुरा जी नूं बधाई देंदे हाँ कि अजे प्रोग्राम होने चाहिए जिस करके कि देश की एकता और अखंडता बनी रहे और लोग ये जुड़न, सारे धर्म जितने भी है आपस सत्कार करन, आपस प्यार बना, जिस करके अपना देश तरक्की करे, देश की उन्नति हो। नरेंद्र मोदी जी के नेतृत्व में देश अगे वधे और नरेंद्र मोदी जी वास्ते अज अरदास की गई है श्री कृष्ण महाराज जी अगे कि उन्होंने सेहत अच्छी करे।
ਕਰੇ ਔਰ ਉਹਨਾਂ ਨੂੰ ਲੰਬੀ ਉਮਰ ਦੇ, ਇਸੇ ਤਰ੍ਹਾਂ ਦੇਸ਼ ਦੀ ਨਰਿੰਦਰ ਮੋਦੀ ਜੀ ਸੇਵਾ ਕਰਦੇ। ਅਸੀਂ ਅੱਜ ਇੱਥੇ ਇਕਬਾਲ ਸਿੰਘ ਲਾਲਪੁਰਾ ਜੀ ਦੇ ਘਰ 'ਚ ਆਏ ਹਾਂ, 95 ਲੋਧੀ ਰੋਡ 'ਤੇ। ਇਹਨਾਂ ਨੇ ਬਹੁਤ ਵਧੀਆ ਜਨਮਾਸ਼ਟਮੀ ਦਾ ਪ੍ਰੋਗਰਾਮ ਇੱਥੇ ਕੀਤਾ ਔਰਗਨਾਈਜ਼। ਮੇਰੀਆਂ ਭੈਣਾਂ ਮੇਰੇ ਨਾਲ ਆਈਆਂ ਨੇ ਪੰਜਾਬੀ ਸਭਾ ਦੀਆਂ ਸਾਰੀਆਂ, ਅਤੇ ਮੈਂ ਉਹਨਾਂ ਨੂੰ ਬਹੁਤ ਬਹੁਤ ਥੈਂਕਸ ਕਰਨਾ ਚਾਹੁੰਦੀ ਹਾਂ। ਔਰ ਅਸੀਂ ਸਾਰੇ ਫੈਸਟੀਵਲਾਂ ਨੂੰ ਇੰਝ ਹੀ ਪਿਆਰ ਨਾਲ ਬਣਾਉਂਦੇ ਰਹੀਏ, ਬਾਬਾ ਜੀ ਸਾਨੂੰ ਬਲ ਬਖਸ਼ਣ। ਸ਼੍ਰੀ ਗੁਰੂ ਸਿੰਘ ਸਭਾ ਇੰਦੌਰ ਦੇ ਪ੍ਰਧਾਨ ਮਨਜੀਤ ਸਿੰਘ ਭਾਟੀਆ ਅਤੇ ਮੁੱਖ ਸਕੱਤਰ ਜਸਵੀਰ ਸਿੰਘ ਗਾਂਧੀ ਦੀ ਅਗਵਾਈ ਵਿੱਚ ਸਿੱਖ ਸੰਗਤ ਵੱਲੋਂ ਕੰਗਣਾ ਰਣੌਤ ਦੇ ਕਿਸਾਨ ਵਿਰੋਧੀ ਬਿਆਨ ਦੇ ਮਾਮਲੇ ਨੂੰ ਲੈ ਕੇ ਰੋਸ ਪ੍ਰਦਰਸ਼ਨ ਕੀਤਾ ਗਿਆ, ਜਿਸ ਵਿੱਚ ਉਹਨਾਂ ਨੇ ਕੰਗਣਾ ਰਣੌਤ ਦਾ ਪੁਤਲਾ ਫੂਕਿਆ। ਇਸ ਮੌਕੇ ਉਹਨਾਂ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਪੱਤਰ ਵੀ ਲਿਖਿਆ, ਜਿਸ ਵਿੱਚ ਉਹਨਾਂ ਨੇ ਕੰਗਣਾ ਰਣੌਤ ਵੱਲੋਂ ਕਿਸਾਨਾਂ ਖਿਲਾਫ਼ ਦਿੱਤੇ ਗਏ ਬਿਆਨ ਦਾ ਉਚੇਚਾ ਜ਼ਿਕਰ ਕੀਤਾ ਅਤੇ ਕੰਗਣਾ ਦੇ ਖਿਲਾਫ਼ ਸਖ਼ਤ ਕਾਰਵਾਈ ਕਰਨ ਦੀ ਮੰਗ ਕੀਤੀ। ਉਹਨਾਂ ਕਿਹਾ ਕਿ ਕੰਗਣਾ ਰਣੌਤ ਨੂੰ ਪਾਰਟੀ ਵਿੱਚੋਂ ਕੱਢਿਆ ਜਾਵੇ। ਉਹਨਾਂ ਇਹ ਵੀ ਕਿਹਾ ਕਿ ਕਿਸਾਨ ਦੇਸ਼ ਦਾ ਅੰਨਦਾਤਾ ਹੈ ਅਤੇ ਉਸਦੇ ਖਿਲਾਫ਼ ਅਜਿਹੀ ਟਿੱਪਣੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ। ਭਾਜਪਾ ਨੂੰ ਅੱਜ ਉਸ ਵੇਲੇ ਵੱਡਾ ਝਟਕਾ ਲੱਗਿਆ ਜਦੋਂ ਸਾਬਕਾ ਕੈਬਨਿਟ ਮੰਤਰੀ ਸੁੰਦਰ ਸ਼ਾਮ ਅਰੋੜਾ ਨੇ ਕਾਂਗਰਸ ਵਿੱਚ ਘਰ ਵਾਪਸੀ ਕਰ ਲਈ। ਪੰਜਾਬ ਕਾਂਗਰਸ ਦੇ ਇੰਚਾਰਜ ਦੇਵੇਂਦਰ ਯਾਦਵ ਨੇ ਉਹਨਾਂ ਨੂੰ ਪਾਰਟੀ ਵਿੱਚ ਸ਼ਾਮਲ ਕੀਤਾ। ਪੰਜਾਬ ਵਿੱਚ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਵਿੱਚ ਉਹਨਾਂ ਨੂੰ ਉਦਯੋਗ ਮੰਤਰੀ ਬਣਾਇਆ ਗਿਆ ਸੀ। ਹਾਲਾਂਕਿ ਜਦੋਂ ਚਰਨਜੀਤ ਸਿੰਘ ਚੰਨੀ ਸੂਬੇ ਵਿੱਚ ਮੁੱਖ ਮੰਤਰੀ ਬਣੇ ਤਾਂ ਉਹਨਾਂ ਨੂੰ ਮੰਤਰੀ ਦੇ ਅਹੁਦੇ ਤੋਂ ਹਟਾ ਦਿੱਤਾ ਗਿਆ ਸੀ। ਸਾਲ 2022 ਦੀਆਂ ਚੋਣਾਂ ਵਿੱਚ ਸੁੰਦਰ ਸ਼ਾਮ ਅਰੋੜਾ ਚੋਣ ਹਾਰ ਗਏ ਸਨ, ਜਿਸ ਤੋਂ ਬਾਅਦ ਅਰੋੜਾ ਨੇ ਤਿੰਨ ਹੋਰ ਸਾਬਕਾ ਮੰਤਰੀਆਂ ਰਾਜਕੁਮਾਰ ਵੇਰਕਾ, ਬਲਵੀਰ ਸਿੰਘ ਅਤੇ ਗੁਰਪ੍ਰੀਤ ਕਾਂਗੜ ਸਮੇਤ 5 ਜੂਨ 2023 ਨੂੰ ਭਾਜਪਾ ਦਾ ਪੱਲਾ ਫੜ ਲਿਆ ਸੀ, ਪਰ ਅੱਜ ਮੁੜ ਉਹ ਕਾਂਗਰਸ ਦੇ ਵਿੱਚ ਸ਼ਾਮਲ ਹੋ ਗਏ। ਮੁਕੇਰੀਆਂ ਪੁਲਿਸ ਨੇ ਸੋਨੇ ਦੀ ਧੋਖਾਧੜੀ ਦੇ ਮਾਮਲੇ ਵਿੱਚ ਮੁਲਜ਼ਮਾਂ ਨੂੰ ਸੋਨੇ ਸਮੇਤ ਕਾਬੂ ਕੀਤਾ। ਪੁਲਿਸ ਅਧਿਕਾਰੀ ਨੇ ਦੱਸਿਆ ਕਿ ਮਾਮਲੇ ਵਿੱਚ ਸੰਜੀਵ ਵਰਮਾ, ਰੋਹਨ ਸੰਯਮ ਅਤੇ ਸ਼ਿਲਪਾ ਨੂੰ ਗ੍ਰਿਫਤਾਰ ਕੀਤਾ ਗਿਆ ਸੀ। 2 ਕਿਲੋ 310 ਗ੍ਰਾਮ ਸੋਨਾ ਅਤੇ 36.10 ਕੈਰੇਟ ਡਾਇਮੰਡ ਬਰਾਮਦ ਕੀਤਾ ਗਿਆ। ਉਹਨੇ ਕਿਹਾ ਕਿ ਜਵੈਲਰ ਕਪਿਲ ਚੌਹਾਨ ਦੀ ਸ਼ਿਕਾਇਤ ਉੱਤੇ ਕਾਰਵਾਈ ਅਮਲ ਵਿੱਚ ਲਿਆਂਦੀ ਗਈ ਹੈ। ਉਹਨਾਂ ਅੱਗੇ ਦੱਸਿਆ ਕਿ ਮੁਲਜ਼ਮਾਂ ਨੇ ਜਵੈਲਰ ਤੋਂ ਸੋਨਾ ਖਰੀਦਿਆ ਸੀ ਪਰ ਪੈਸੇ ਨਹੀਂ ਦਿੱਤੇ। ਜਦੋਂ ਪੈਸੇ ਲੈਣ ਪਹੁੰਚਿਆ ਤਾਂ ਉਹ ਘਰ ਛੱਡ ਕੇ ਫਰਾਰ ਹੋ ਚੁੱਕੇ ਸਨ, ਜਿਸ ਤੋਂ ਬਾਅਦ ਉਸਨੇ ਪੁਲਿਸ ਨੂੰ ਸ਼ਿਕਾਇਤ ਕੀਤੀ ਅਤੇ ਪੁਲਿਸ ਨੇ ਇਹਨਾਂ ਨੂੰ ਹੈਦਰਾਬਾਦ ਤੋਂ ਗ੍ਰਿਫਤਾਰ ਕੀਤਾ। ਉਹਨੇ ਕਿਹਾ ਕਿ ਇਸ ਮਾਮਲੇ ਵਿੱਚ ਇੱਕ ਮੁਲਜ਼ਮ ਨੂੰ ਜ਼ਮਾਨਤ ਮਿਲ ਚੁੱਕੀ ਹੈ। 17/8/23 ਇਸ ਸੰਬੰਧੀ ਮਦਈ ਹੈਗੇ ਨੇ ਕਪਿਲ ਚੌਹਾਨ ਜੀ, ਸਨ ਆਫ ਅਮਰਦੀਪ ਚੌਹਾਨ, ਵਾਸੀ ਐਸ ਕੇ ਟੇਲਰਸ ਬਿਲਡਿੰਗ ਨੰਬਰ 65 ਪਹਿਲੀ ਫਲੋਰ ਅੰਮ੍ਰਿਤਸਰ ਜੀ। ਇਹਨਾਂ ਦਾ ਆਪਸੀ ਕੋਈ ਚੱਲਦਾ ਸੀ ਬਿਜ਼ਨਸ ਦਾ ਵਗੈਰਾ ਚੱਲਦਾ ਨੇ ਸੋਨੇ ਦਾ, ਅਜੀਵ ਵਰਮਾ ਨਾਲ ਜੀ, ਠੀਕ ਹੈ ਜੀ, ਪੁਰਾਣਾ ਕਾਫੀ ਚੱਲਦਾ ਸੀ 5-10 ਸਾਲ ਤੋਂ। ਹੁਣ ਇਹ ਸੋਨਾ ਲੈ ਕੇ ਆਇਆ ਸੀ 17/8/23 ਨੂੰ ਸਰ ਲੈ ਕੇ ਆਇਆ ਸੀ 5 ਕਿਲੋ 208 ਗ੍ਰਾਮ ਜੀ, ਅਤੇ ਇਹਨਾਂ ਨੇ ਫਿਰ ਮੁੜ ਕੇ ਸੋਨਾ ਵਾਪਸ ਨਹੀਂ ਕੀਤਾ। ਇਹਨਾਂ ਕਿਹਾ ਵੀ ਜਿਹੜੇ ਗਾਹਕ ਆ ਸਾਡੇ ਉਹ ਆਓ ਸੋਨਾ ਲੈ ਕੇ, ਗਾਹਕ ਜਿਹੜੇ ਹੈਗੇ ਆਏ ਨੇ ਪਰ ਇੱਕ ਗਾਹਕ ਆਇਆ ਬਾਕੀ ਗਾਹਕ ਨਹੀਂ ਆਇਆ ਜੀ। ਇਸ ਸੰਬੰਧੀ ਫਿਰ ਜਿਹਨਾਂ ਵਾਪਸ ਸੋਨਾ ਨਹੀਂ ਕੀਤਾ ਜੀ, ਇਹਨਾਂ ਦੇ ਚਾਰਾਂ ਤੇ ਸੁਜੀਵ ਵਰਮਾ, ਰੋਹਨ ਸੰਯਮ ਅਤੇ ਸ਼ਿਲਪਾ ਇਹਨਾਂ ਦੀ ਵਾਈਫ, ਮੁਕੱਦਮਾ ਨੰਬਰ 108 ਮੇਰੀ 24/7/24 ਨੂੰ 406/406 ਦਰਜ ਕੀਤਾ ਗਿਆ ਜੀ। ਉਸ ਤੋਂ ਬਾਅਦ ਇਹਨਾਂ ਨੂੰ ਸਰ ਫੜਿਆ ਗਿਆ 24/8/24 ਨੂੰ ਹੈਦਰਾਬਾਦ ਤੇਲੰਗਾਨਾ ਤੋਂ ਜੀ, ਅਤੇ ਅੱਜ ਇਹਨਾਂ ਖੂਨਾਂ ਤੋਂ ਬਰਾਮਦਗੀ ਸਰ ਕੀਤੀ ਗਈ ਆ 2 ਕਿਲੋ 310 ਗ੍ਰਾਮ ਸੋਨਾ ਅਤੇ 36.10 ਗ੍ਰਾਮ ਸੋਨਾ ਜਿਹੜਾ ਕੈਟ ਹੀਰਾ ਬਰਾਮਦ ਇਹਨਾਂ ਕੀਤਾ ਗਿਆ ਜੀ, ਅਤੇ 5 ਇਹਨਾਂ ਦਾ ਰਿਮਾਂਡ ਲਿਆ ਗਿਆ ਅਤੇ ਇਹਨਾਂ ਪੁੱਛਗਿੱਛ ਰਹੇ ਜੀ ਕਰਦਾ ਸੀ। ਇੱਕ ਦੀ ਬੇਲ ਹੋ ਗਈ ਜੀ ਅਤੇ ਸ਼ਿਲਪਾ ਲੇਡੀ ਦੀ ਜੀ, ਅਤੇ ਬਾਕੀ 3 ਗ੍ਰਿਫਤਾਰ ਨੇ ਜੀ। ਨਗਰ ਕੌਂਸਲ ਗੜਸ਼ੰਕਰ ਵੱਲੋਂ ਸ਼ਹਿਰ ਦੇ ਵਿੱਚ ਪ੍ਰਾਪਰਟੀ ਟੈਕਸ ਜਮ੍ਹਾਂ ਨਾ ਕਰਵਾਉਣ ਵਾਲੇ ਦੁਕਾਨਦਾਰਾਂ ਉੱਤੇ ਕਾਰਵਾਈ ਕਰਨੀ ਸ਼ੁਰੂ ਕੀਤੀ ਗਈ ਹੈ, ਜਿਸ ਦੇ ਮੱਦੇਨਜ਼ਰ ਨਗਰ ਕੌਂਸਲ ਗੜਸ਼ੰਕਰ ਦੇ ਕਾਰਜਸਾਧਕ ਅਫਸਰ ਰਾਜੀਵ ਸਰੀਨ ਦੀ ਅਗਵਾਈ ਦੇ ਵਿੱਚ ਮੁਲਾਜ਼ਮਾਂ ਵੱਲੋਂ ਪ੍ਰਾਪਰਟੀ ਟੈਕਸ ਜਮ੍ਹਾਂ ਨਾ ਕਰਵਾਉਣ ਵਾਲੀਆਂ ਦੁਕਾਨਾਂ ਨੂੰ ਸੀਲ ਕਰਨ ਦੇ ਮਕਸਦ ਨਾਲ ਦੁਕਾਨਾਂ ਅਤੇ ਕੋਲਡ ਸਟੋਰ ਦਾ ਦੌਰਾ ਕੀਤਾ ਗਿਆ। ਇਸ ਮੌਕੇ 'ਤੇ ਦੁਕਾਨਾਂ ਅਤੇ ਕੋਲਡ ਸਟੋਰ ਦੇ ਕਰਿੰਦਿਆਂ ਨੇ ਟੈਕਸ ਜਮ੍ਹਾਂ ਕਰਵਾਉਣ ਲਈ ਲਿਖਿਤ ਵਿੱਚ ਦੇਣ ਉਪਰੰਤ ਨਗਰ ਕੌਂਸਲ ਗੜਸ਼ੰਕਰ ਦੇ ਅਧਿਕਾਰੀਆਂ ਵੱਲੋਂ ਪ੍ਰਾਪਰਟੀ ਟੈਕਸ ਜਮ੍ਹਾਂ ਕਰਵਾਉਣ ਲਈ ਉਹਨਾਂ ਨੂੰ ਸਖ਼ਤ ਹਦਾਇਤ ਕੀਤੀ ਗਈ।
ਇਸ ਮੌਕੇ ਨਗਰ ਕੌਂਸਲ ਗੜ੍ਹਸ਼ੰਕਰ ਤੋਂ ਇੰਸਪੈਕਟਰ ਰਜਨੀ ਚਾਵਲਾ ਅਤੇ ਸੁਪਰਵਾਈਜ਼ਰ ਪਵਨ ਕੁਮਾਰ ਨੇ ਦੁਕਾਨਦਾਰਾਂ ਨੂੰ ਅਪੀਲ ਕੀਤੀ ਕਿ ਆਪਣਾ ਪ੍ਰੋਪਰਟੀ ਟੈਕਸ ਸਮੇਂ ਸਿਰ ਜਮ੍ਹਾਂ ਕਰਵਾਉਣ। ਅਸੀਂ ਵੱਖ ਵੱਖ ਥਾਵਾਂ 'ਤੇ ਗਏ ਹਾਂ ਸ਼ਹਿਰ ਦੇ ਵਿੱਚ, ਅਤੇ ਉਹਦੇ ਲਈ ਅਸੀਂ ਕਈ ਦੁਕਾਨਾਂ ਨੂੰ ਜਿਨ੍ਹਾਂ ਨੇ ਆਪਣਾ ਪ੍ਰੋਪਰਟੀ ਟੈਕਸ ਨਗਰ ਕੌਂਸਲ ਵਿੱਚ ਜਮ੍ਹਾਂ ਨਹੀਂ ਸੀ ਕਰਵਾਇਆ, ਅਤੇ ਉਹਨਾਂ ਨੂੰ ਵਾਰਨਿੰਗ ਦਿੱਤੀ ਹੈ ਵੀ ਛੇਤੀ ਤੋਂ ਛੇਤੀ ਜਿਹੜਾ ਆਪਣਾ ਜਿਹੜਾ ਪ੍ਰੋਪਰਟੀ ਟੈਕਸ ਹੈ ਦਫ਼ਤਰ 'ਚ ਜਮ੍ਹਾਂ ਕਰਾਓ। ਅਤੇ ਉਹਨਾਂ ਵੱਲੋਂ ਲਿਖ ਕੇ ਵੀ ਦਿੱਤਾ ਗਿਆ ਹੈ ਕਿ ਅਸੀਂ ਨਿਯਤ ਸਮੇਂ ਵਿੱਚ ਜੋ ਉਹਨਾਂ ਨੇ ਲਿਖ ਕੇ ਦਿੱਤਾ ਉਸ ਟਾਈਮ ਦੇ ਅੰਦਰ ਅੰਦਰ ਅਸੀਂ ਜਿਹੜਾ ਆਪਣਾ ਪ੍ਰੋਪਰਟੀ ਟੈਕਸ ਜਮ੍ਹਾਂ ਕਰਵਾ ਦੇਵਾਂਗੇ। ਅੱਜ ਅਸੀਂ ਨਗਰ ਕੌਂਸਲ ਗੜ੍ਹਸ਼ੰਕਰ ਪ੍ਰਧਾਨ ਜੀ ਅਤੇ ਈਓ ਦੀਆਂ ਹਦਾਇਤਾਂ ਮੁਤਾਬਕ ਅਤੇ ਕੁਝ ਦੁਕਾਨਾਂ ਨੂੰ ਅਸੀਂ ਸੀਲ ਕਰਨ ਗਏ ਸੀ ਜਿਨ੍ਹਾਂ ਵੱਲੋਂ ਪ੍ਰੋਪਰਟੀ ਟੈਕਸ ਨਹੀਂ ਦਿੱਤਾ ਗਿਆ। ਉਹਨਾਂ ਦੁਕਾਨਦਾਰਾਂ ਵੱਲੋਂ ਸਾਨੂੰ ਲਿਖਤੀ ਰੂਪ 'ਚ ਦਿੱਤਾ ਗਿਆ ਅਤੇ ਕੱਲ੍ਹ ਅਸੀਂ ਪ੍ਰੋਪਰਟੀ ਟੈਕਸ ਜਮ੍ਹਾਂ ਕਰਵਾ ਦਿੱਤਾ ਜਾਊਗਾ। ਅਤੇ ਅਸੀਂ ਇੱਕ ਕੋਲਡ ਸਟੋਰ 'ਤੇ ਆਏ ਸੀ, ਇਹਨਾਂ ਵੱਲੋਂ ਵੀ ਲਿਖ ਕੇ ਦਿੱਤਾ ਗਿਆ ਵੀ ਅਸੀਂ ਜਲਦ ਤੋਂ ਜਲਦ ਪ੍ਰੋਪਰਟੀ ਟੈਕਸ ਜਮ੍ਹਾਂ ਕਰਾ ਦਿੱਤਾ ਜਾਵੇਗਾ। ਬਾਕੀ ਵੀ ਦੁਕਾਨਦਾਰਾਂ ਨੂੰ ਮੇਰੀ ਅਪੀਲ ਹੈ ਵੀ ਸਾਰਿਆਂ ਨੂੰ ਵੀ ਜਿਨ੍ਹਾਂ ਦਾ ਪ੍ਰੋਪਰਟੀ ਟੈਕਸ ਖੜ੍ਹਾ ਅੱਜ ਤੱਕ ਪ੍ਰੋਪਰਟੀ ਟੈਕਸ ਨਹੀਂ ਦਿੱਤਾ, ਸਾਰੇ ਆਪਣਾ ਪ੍ਰੋਪਰਟੀ ਟੈਕਸ ਦੇ ਦਿੱਤਾ ਜਾਵੇ। ਰਾਜਪੁਰਾ ਦੇ ਪਿੰਡ ਮੰਗਪੁਰ ਦੇ ਪਰਿਵਾਰ ਇਕੱਠੇ ਹੋ ਕੇ ਫੂਡ ਸਪਲਾਈ ਦੇ ਦਫ਼ਤਰ ਪਹੁੰਚੇ। ਮਿੰਨੀ ਸਕੱਤਰੇਤ ਰਾਜਪੁਰਾ ਵਿਖੇ ਉਹਨਾਂ ਮੰਗ ਪੱਤਰ ਦਿੱਤਾ। ਉਹਨਾਂ ਗੱਲਬਾਤ ਕਰਦਿਆਂ ਦਾਅਵਾ ਕੀਤਾ ਕਿ ਪੰਜਾਬ ਸਰਕਾਰ ਦੇ ਦਾਅਵੇ ਖੋਖਲੇ ਨੇ ਕਿਉਂਕਿ ਉਹਨਾਂ ਨੂੰ ਪਿਛਲੇ 8 ਮਹੀਨਿਆਂ ਤੋਂ ਡਿਪੂ ਤੋਂ ਕਣਕ ਨਹੀਂ ਮਿਲੀ, ਜਿਸ ਕਰਕੇ ਉਹ ਮਜਬੂਰਨ ਦਿਹਾੜੀ ਕਰਕੇ ਬਾਹਰੋਂ ਆਟਾ ਖਰੀਦ ਕੇ ਆਪਣੇ ਘਰ ਦਾ ਗੁਜ਼ਾਰਾ ਚਲਾ ਰਹੇ ਨੇ। ਉੱਥੇ ਹੀ ਡਿਪੂ ਹੋਲਡਰਾਂ ਨੇ ਦੋਸ਼ ਲਗਾਏ ਕਿ ਉਹਨਾਂ ਦੇ ਇੰਸਪੈਕਟਰ ਅਮਰਿੰਦਰ ਰੰਧਾਵਾ ਜੋ ਕਿ ਅੰਮ੍ਰਿਤਸਰ ਦੇ ਵਾਸੀ ਨੇ ਉਹ ਰਾਜਪੁਰਾ ਵਿੱਚ ਪੋਸਟਡ ਨੇ ਪਰ ਉਹ ਆਪਣੀ ਡਿਊਟੀ ਉੱਤੇ ਨਹੀਂ ਆਉਂਦੇ। ਉੱਧਰ ਜਦੋਂ ਇਸ ਸੰਬੰਧੀ ਸਾਡੇ ਪੱਤਰਕਾਰ ਨੇ ਅਮਰਿੰਦਰ ਰੰਧਾਵਾ ਦੇ ਨਾਲ ਗੱਲਬਾਤ ਕੀਤੀ ਤਾਂ ਉਹਨਾਂ ਕਿਹਾ ਕਿ ਜਲਦ ਹੀ ਕਣਕ ਭੇਜੀ ਜਾਵੇਗੀ ਅਤੇ ਮਾਮਲਾ ਹੱਲ ਕਰ ਲਿਆ ਜਾਵੇਗਾ। ਸਾਡਾ ਜੀ ਪਿੰਡ 'ਚ ਦੇਖੋ ਸਭ ਗਰੀਬ ਨੇ, ਦਿਹਾੜੀ ਦੱਪੇ ਵਾਲੇ ਹਾਂ ਅਸੀਂ। ਸਾਡੇ ਪਿੰਡ 'ਚ ਕਣਕ ਆਉਣੀ ਚਾਹੀਦੀ ਹੈ, ਆਟਾ ਆਇਆ ਸੀਗਾ ਇੱਕ ਵਾਰੀ ਆਇਆ, ਮੁੜ ਕੇ ਸਾਡੇ ਉਹ ਵੀ ਨਹੀਂ ਆਇਆ ਸਕੀਮ, ਨਾ ਕੋਈ ਆਉਂਦਾ। ਜੇ ਆਉਂਦੀ ਹੈ ਕਣਕ ਤਾਂ ਸਾਨੂੰ ਕਹਿ ਦਿੰਦੇ ਜੇ ਆਏਗੀ ਤਾਂ ਦੱਸ ਦਾਂਗੇ ਤੁਹਾਨੂੰ, ਅੱਧਿਆਂ ਕੁ ਨੂੰ ਮਿਲ ਜਾਂਦੀ, ਅੱਧੇ ਰਹਿ ਹੀ ਜਾਂਦੇ ਨੇ। ਜੇ ਤਾਂ ਜਿਹਨੂੰ ਮਿਲ ਗਈ ਉਹ ਰਹਿ ਠੀਕ ਆ, ਜਿਹੜਾ ਇੱਕ ਦਿਨ ਨਾ ਪਰਚੀ ਕਟਾਉਣ ਗਿਆ ਉਹਨੂੰ ਮਿਲਦੀ ਹੋਈ ਨਹੀਂ, ਉਹਨੂੰ ਕਹਿ ਦਿੰਦੇ ਅੱਜ ਤੁਹਾਡੀ ਮੁੱਕ ਗਈ ਹੈ ਹੀ ਨਹੀਂ। ਦੱਸੋ ਹੁਣ ਕੀ ਕਰੀਏ, ਗਰੀਬ ਲੋਕ ਕਿੱਥੇ ਜਾਣ? ਇਹ ਸਰਕਾਰਾਂ ਨੂੰ ਸੁਣਨੀ ਚਾਹੀਦੀ ਹੈ ਸਾਡੀ, ਜੇ ਸਰਕਾਰਾਂ ਨਹੀਂ ਸੁਣੀਆਂ ਦੱਸੋ ਕੀ ਕਰਨਗੇ। ਅੰਮ੍ਰਿਤਸਰ ਵਿੱਚ ਇੱਕ ਪ੍ਰਵਾਸੀ ਮਜ਼ਦੂਰ ਵੱਲੋਂ ਖੁਦਕੁਸ਼ੀ ਕਰਨ ਦਾ ਮਾਮਲਾ ਸਾਹਮਣੇ ਆਇਆ। ਮ੍ਰਿਤਕ ਦਾ ਨਾਮ ਮੁੰਨਾ ਲਾਲ ਹੈ, ਜਿਸ ਦੀ ਉਮਰ 31 ਸਾਲ ਦੇ ਕਰੀਬ ਹੈ। ਦੱਸਿਆ ਜਾ ਰਿਹਾ ਹੈ ਕਿ ਮੁੰਨਾ ਲਾਲ ਦੀ ਪਤਨੀ ਕਿਸੇ ਦੇ ਘਰ ਕੰਮ ਕਰਦੀ ਸੀ, ਜਿਸ ਉੱਤੇ ਚੋਰੀ ਦਾ ਇਲਜ਼ਾਮ ਲੱਗਿਆ ਅਤੇ ਇਸ ਤੋਂ ਬਾਅਦ ਮੁੰਨਾ ਲਾਲ ਅਤੇ ਉਸਦੀ ਪਤਨੀ ਨਾਲ ਕੁੱਟਮਾਰ ਕੀਤੀ ਗਈ। ਇਸ ਦੇ ਚੱਲਦਿਆਂ ਉਸਨੇ ਆਪਣੇ ਆਪ ਨੂੰ ਅਪਮਾਨਿਤ ਮਹਿਸੂਸ ਕਰਦੇ ਹੋਏ ਫਾਹਾ ਲੈ ਕੇ ਖੁਦਕੁਸ਼ੀ ਕਰ ਲਈ। ਉੱਧਰ ਪੁਲਿਸ ਅਧਿਕਾਰੀ ਨੇ ਕਿਹਾ ਕਿ ਮਾਮਲੇ ਦੀ ਪੜਤਾਲ ਕੀਤੀ ਜਾ ਰਹੀ ਹੈ ਅਤੇ ਬਣਦੀ ਕਾਰਵਾਈ ਕੀਤੀ ਜਾਵੇਗੀ। ਪੰਜਾਬੀ ਖਬਰਾਂ ਦੇ ਇਸ ਬੁਲੇਟਿਨ ਵਿੱਚ ਫਿਲਹਾਲ ਨਹੀਂ ਜਾਂਦਿਆਂ ਦੇ ਨਜ਼ਰ ਮਾਰਦਿਆਂ ਮੌਸਮ ਦੇ ਹਾਲ 'ਤੇ। ਤੁਸੀਂ ਬਣੇ ਰਹੋ ਚੜ੍ਹਦੀ ਕਲਾ ਟਾਈਮ ਟੀਵੀ ਦੇ ਨਾਲ। ਧੰਨਵਾਦ।